इतिहास के चरोके जो प्रोग्राम विच तुहाडा सारयां दा स्वागत है। अज है 5 फरवरी का दिन। अज का दिन फुटबॉल खेड प्रेमियों लई अहम स्थान रखता है, क्योंकि अज के दिन फुटबॉल के सर्वोत्तम खिडारी क्रिस्टियानो रोनाल्डो का जन्म होया सी। रोनाल्डो का जन्म बेहद ही सधारण परिवार विच होया सी। महज 14 साल की उम्र विच इन्हां दे परिवार ने फैसला लिया कि रोनाल्डो अपनी जिंदगी फुटबॉल नूं समर्पित करनगे। इन्हां ने अपनी मेहनत के नाल फुटबॉल जगत दे विच नाम कमाया। इन्हां नूं कई बार गोल्डन शूज़ ते गोल्डन बॉल दे नाल सन्मानित किया गया। ते साल 2009 विच ए सब तो महंगे खिडारी भी बने। असल विच साल 2009 विच फुटबॉल क्लब दे नाल इन्हां दा समझौता होया, ते ओह समझौता होया 80 मिलियन पौंड दे विच। लोग इन्हां दी खेड दे तां दीवाने सन ही, पर इस दे नाल ही इन्हां दे स्टाइल दे भी दीवाने ने। इस तों इलावा बहुत सारियां घटनावां नाल जुड़िया होया है अज दा दिन। आओ चाट मारदे हां। 1971 ਨੂੰ ਅਪੋਲੋ 14 ਚੰਦ ਤੇ ਅੱਜ ਦੇ ਦਿਨ ਹੀ ਉਤਰਿਆ ਸੀ। 1783 ਨੂੰ ਇਟਲੀ ਵਿੱਚ ਭਿਆਨਕ ਭੂਚਾਲ ਆਇਆ ਸੀ, ਜਿਸ ਵਿੱਚ 30,000 ਲੋਕ ਮਾਰੇ ਗਏ ਸਨ। 1870 ਨੂੰ ਫਿਲਾਡੈਲਫੀਆ ਵਿੱਚ ਦਰਸ਼ਕਾਂ ਨੂੰ ਦਿਖਾਏ ਜਾਣ ਵਾਲਾ ਪਹਿਲਾ ਚਲਚਿੱਤਰ ਅੱਜ ਦੇ ਦਿਨ ਹੀ ਪ੍ਰਸਾਰਿਤ ਹੋਇਆ ਸੀ। 1922 ਨੂੰ ਰੀਡਰਸ ਡਾਈਜੈਸਟ ਮੈਗਜ਼ੀਨ ਦਾ ਪ੍ਰਕਾਸ਼ਨ ਅੱਜ ਦੇ ਦਿਨ ਹੀ ਹੋਇਆ ਸੀ। 1917 ਨੂੰ ਮੈਕਸੀਕੋ ਦੁਆਰਾ ਉਸਦੇ ਮੌਜੂਦਾ ਸੰਵਿਧਾਨ ਨੂੰ ਅੱਜ ਦੇ ਦਿਨ ਹੀ ਅਪਣਾਇਆ ਗਿਆ ਸੀ। 1884 ਨੂੰ ਡਰਬੀ ਕਾਉਂਟੀ ਫੁੱਟਬਾਲ ਕਲੱਬ ਅੱਜ ਦੇ ਦਿਨ ਹੀ ਇੰਗਲੈਂਡ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। 1916 ਨੂੰ ਹਿੰਦੀ ਦੇ ਪ੍ਰਸਿੱਧ ਕਵੀ ਜਾਨਕੀ ਵੱਲਭ ਸ਼ਾਸਤਰੀ ਦਾ ਜਨਮ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਜਾਨਕੀ ਵੱਲਭ ਸ਼ਾਸਤਰੀ ਕਵੀ, ਲੇਖਕ ਅਤੇ ਆਲੋਚਕ ਰਹੇ ਨੇ, ਅਤੇ ਇਹਨਾਂ ਨੇ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਪਦਮ ਸ਼੍ਰੀ ਸਨਮਾਨ ਠੁਕਰਾ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਜਾਨਕੀ ਵੱਲਭ ਸ਼ਾਸਤਰੀ ਦਾ ਪਹਿਲਾ ਗੀਤ ਕਿਸਨੇ ਬਾਂਸਰੀ ਬਜਾਈ ਬੇਹੱਦ ਹੀ ਲੋਕਪ੍ਰਿਯ ਹੋਇਆ ਸੀ। 1953 ਨੂੰ ਵਾਲਟ ਡਿਜ਼ਨੀ ਦੀ ਫੀਚਰ ਫਿਲਮ ਪੀਟਰ ਪੈਨ ਦਾ ਪ੍ਰੀਮੀਅਰ ਅੱਜ ਦੇ ਦਿਨ ਹੀ ਸ਼ੁਰੂ ਕੀਤਾ ਗਿਆ ਸੀ। ਇਹ ਸੀ ਅੱਜ ਦੇ ਦਿਨ ਦਾ ਇਤਿਹਾਸ। ਕਿਸੇ ਹੋਰ ਦਿਨ ਦੇ ਇਤਿਹਾਸਿਕ ਪੰਨੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਫਿਰ ਹਾਜ਼ਰ ਹੋਵਾਂਗੇ। ਓਨੀ ਦੇਰ ਤੱਕ ਦਿਓ ਇਜਾਜ਼ਤ। ਧੰਨਵਾਦ।